ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜਥੇਦਾਰ ਕੌਂਕੇ ਦੇ ਕਾਤਲਾਂ ਦੀ ਘੇਰਾਬੰਦੀ ਸ਼ੁਰੂ ਜਥੇਦਾਰ ਕੌਂਕੇ ਦੇ ਪਰਿਵਾਰ ਨਾਲ ਸੁਖਵੀਰ ਬਾਦਲ ਦੀ ਬੰਦ ਕਮਰਾ ਮੀਟਿੰਗ ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘ ਵੱਲੋਂ ਜ਼ਬਰੀ ਦਿੱਤੇ ਭਾਸ਼ਣ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਅਤੇ 8 ਹੋਰਨਾ ਤੇ ਡਿਗੀਗਾਸ ਅਕਾਲੀ ਵਸਪਾ ਗੱਠ ਜੋੜ ਵਿੱਚ ਤਰੇੜਾਂ ਦਿਵਯਾ ਪਹੂਜਾ ਕਤਲकांड ਦੇ ਦੋਸ਼ੀ ਬਲਰਾਜ ਗਿੱਲ ਦਾ ਵੱਡਾ ਖੁਲਾਸਾ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਹੁਣ ਗੱਲ ਕਰਦੇ ਹਾਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਝੂਠੇ ਪੁਲਿਸ ਮੁਕਾਬਲੇ ਦੀ ਤੇ ਇਸ ਖਬਰ ਦੇ ਵਿੱਚ ਲਗਾਤਾਰ ਅਪਡੇਟਸ ਮਿਲ ਰਹੀਆਂ ਨੇ ਲੱਗਦਾ ਹੈ ਕਿ ਜਥੇਦਾਰ ਕੌਕੇ ਦੇ ਕਤਲ ਦੇ ਵਿੱਚ ਸ਼ਾਮਲ ਰਹੇ ਪੁਲਿਸ ਮੁਲਾਜ਼ਮਾਂ ਆਲਾ ਅਧਿਕਾਰੀਆਂ ਸਮੇਤ ਜਿਨ੍ਹਾਂ ਦੀ ਮੌਲੀਪੁਕਤ ਸੀ ਉਹਨਾਂ ਦੇ ਖਿਲਾਫ ਹੁਣ ਵੱਡੇ ਪੱਧਰ ਤੇ 蹊ਰਾਬੰਦੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬੀਤੇ ਦਿਨੀ ਇਹ ਸਬੰਧ ਵਾਲੇ ਵਿੱਚ ਕਟਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵੀ ਪੰਜਾਬ ਸਰਕਾਰ ਤੋਂ ਇਹ ਰਿਪੋਰਟ ਮੰਗ ਲਈ ਸੀ ਘਟ ਗਣਤੀ ਕਮਿਸ਼ਨ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਪੂਰੀ ਦੀ ਪੂਰੀ ਰਿਪੋਰਟ 20 ਜਨਵਰੀ ਤੱਕ ਮੰਗੀ ਹੈ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ 'ਚ ਸਟੇਟਸ ਰਿਪੋਰਟ ਮੰਗ ਲਈ ਸੀ ਅਤੇ ਸਰਕਾਰ ਵੀ ਦੱਸਿਆ ਜਾ ਰਿਹਾ ਕਿ ਇਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਇਸ ਸੰਬੰਧੀ ਕੇਂਦਰੀ ਸ਼੍ਰੀ ਗੁਰੂ ਸਿੰਘ ਸਵਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਅਤੇ ਜਰਨਲਿਸਟ ਸਕੱਤਰ ਖੁਸ਼ਹਾਲ ਸਿੰਘ ਨੇ ਕੌਮੀ ਘਟ ਗਿਣਤੀ ਕਮਿਸ਼ਨ ਨੂੰ ਦਰਅਸਲ ਇੱਕ ਪੱਤਰ ਲਿਖ ਦਿੱਤਾ ਸੀ ਉਹਦੇ ਤੋਂ ਬਾਅਦ ਕੇਂਦਰ ਸਰਕਾਰ ਦੇ ਅੰਡਰ ਸੈਕਟਰੀ ਸੁਮਨ ਕੁਮਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖਿਆ ਅਤੇ ਪੱਤਰ ਲਿਖ ਕੇ ਕੇਂਦਰ ਸਰਕਾਰ ਨੇ ਵੀ ਇਹਦੀ ਰਿਪੋਰਟ ਮੰਗ ਲਈ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਦੱਸਿਆ ਜਾਵੇ ਕਿ ਇਸ ਮਾਮਲੇ ਤੇ ਹੁਣ ਤੱਕ ਉਹਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਦੂਜੇ ਪਾਸੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਘਟ ਗਿਣਤੀ ਕਮਿਸ਼ਨ ਦੇ ਵੱਲੋਂ ਰਿਪੋਰਟ ਮੰਗੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਸਭਾ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ ਨੇ ਕਿਹਾ ਕਿ ਘਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਨੂੰ ਅਗਲੀ ਕਾਰਵਾਈ ਕਰਨ ਲਈ ਹਦਾਇਤਾਂ ਦੇਵੇ ਹੁਣ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਪੱਤਰ ਦੇ ਵਿੱਚ ਕਿਹਾ ਸੀ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦਾ ਕਤਲ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਮਲਜ਼ਮਾਂ ਦੇ ਵਿਰੁੱਧ ਤੁਰੰਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਇਹਦੇ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਇਹ ਕਾਰਵਾਈ ਕੀਤੀ ਗਈ ਹੈ ਕੇਂਦਰ ਸਰਕਾਰ ਨੇ ਵੀ ਪੁੱਛਿਆ ਕਿ ਹੁਣ ਕੀ ਕੀਤਾ ਜਾ ਰਿਹਾ ਹੈ ਤੇ ਰਿਪੋਰਟ ਇਹਦੀ ਤਲਬ ਕਰ ਲਈ ਹੈ ਤੇ ਜਦੋਂ ਇਹ ਸਾਰੀਆਂ ਖਬਰਾਂ ਇੱਕ ਤੋਂ ਬਾਅਦ ਇੱਕ ਕਦੇ ਕੋਈ ਗਵਾਹ ਸਾਹਮਣੇ ਆ ਜਾਂਦਾ ਕਦੇ ਪਰਿਵਾਰ ਸਾਹਮਣੇ ਆ ਜਾਂਦਾ ਤੇ ਕਦੇ ਘੱਟ ਗਿਣਤੀ ਕਮਿਸ਼ਨ ਤੇ ਕਦੇ ਪੰਜਾਬ ਸਰਕਾਰ ਤੇ ਕਦੇ ਕੇਂਦਰ ਸਰਕਾਰ ਦੇ ਅੰਡਰ ਸੈਕਟਰੀ ਦੀ ਚਿੱਠੀ ਉਦਤ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਹਰ ਇੱਕ ਵਿਅਕਤੀ ਨੂੰ ਜਿਹੜਾ ਇਸ ਮਾਮਲੇ ਸਿੱਧਾ ਜਾਂ ਸਿੱਧਾ ਸ਼ਾਮਿਲ ਰਿਹਾ ਉਹਨੂੰ ਡਰ ਪੈ ਰਿਹਾ ਹੁਣ ਰਿਪੋਰਟ ਜਨਤਕ ਹੋਣ ਤੋਂ ਬਾਅਦ ਜਿੱਥੇ ਉਸ ਸਮੇਂ ਦੀ ਕਾਂਗਰਸ ਹਕੂਮਤ ਭਾਪ ਬਿਆਨਤ ਸਿੰਘ ਦੀ ਸਰਕਾਰ ਸੀ ਉਹ ਉਸ ਵਕਤ ਦੇ ਡੀਜੀਪੀ ਕੇਪੀਐਸ ਗੱਲ ਸਵਰਨ ਘੋਟਣਾ ਇੰਸਪੈਕਟਰ ਗੁਰਮੀਤ ਸਿੰਘ ਅਤੇ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਮ ਸਾਹਮਣੇ ਆ ਰਹੇ ਆ ਕੁਝ ਵੱਡੇ ਅਫਸਰਾਂ ਦੇ ਨਾਮ ਸਾਹਮਣੇ ਆ ਰਹੇ ਆ ਤੇ ਉਹ ਕਈ ਇਸ ਵਕਤ ਜਹਾਨ ਤੇ ਨਹੀਂ ਤੇ ਕਈ ਹੈਗੇ ਆ ਉਥੇ ਹੀ ਅਕਾਲੀ ਦਲ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਸ ਰਿਪੋਰਟ ਨੂੰ ਤਿਆਰ ਕਰਵਾਇਆ ਪਰ ਕਈ ਦਹਾਕਿਆਂ ਤੱਕ ਦਬ ਕੇ ਰੱਖਿਆ ਇਸ ਕਰਕੇ ਜਿੱਥੇ ਕਾਂਗਰਸ ਅਤੇ ਕੁਝ ਪੁਲਿਸ ਅਧਿਕਾਰੀ ਨਿਸ਼ਾਨੇ ਤੇ ਨੇ ਉਥੇ ਅਕਾਲੀ ਦਲ ਵੀ ਇਸ ਵਕਤ ਨਿਸ਼ਾਨੇ ਤੇ ਹੈ ਲੱਗਦਾ ਹੈ ਕਿ ਆਪਣੀ ਸਕਿਨ ਬਚਾਉਣ ਦੇ ਵਾਸਤੇ ਹੁਣ ਅਕਾਲੀ ਦਲ ਵੱਲੋਂ ਵੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਗਏ ਹੈ ਜਾਣਕਾਰੀ ਮਿਲੀ ਹੈ ਕਿ ਜ਼ਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਦੇ ਪਿੰਡ ਕੌਂਕੇ ਕਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਵੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਉਹਨਾਂ ਦੇ ਨਾਲ ਸੀ ਇਸੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਲੀਡਰਾਂ ਨੇ ਲਗਭਗ 1 ਘੰਟਾ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨ ਤਸ਼ੱਦਦ ਟੋਣਾ ਉਹਨਾਂ ਨੂੰ ਸ਼ਹੀਦ ਕਰਨਾ ਅਤੇ ਇਸ ਮਾਮਲੇ ਦੇ ਵਿੱਚ ਕਸੂਰਵਾਰ ਪੁਲਿਸ ਅਫਸਰਾਂ ਦੇ ਖਿਲਾਫ ਪਰਚਾ ਦਰਜ ਕਰਵਾਉਣ ਲਈ ਭਾਈ ਕੌਂਕੇ ਦੀ ਪਤਨੀ ਮਾਤਾ ਗੁਰਮੀਲ ਕੌਰ ਉਹਨਾਂ ਦੇ ਪੁੱਤਰ ਭਾਈ ਹਰੀ ਸਿੰਘ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਤੇ ਗੁਰਚਰਨ ਸਿੰਘ ਗਰੇਵਾਲ ਤੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਵਿਰਸਾ ਸਿੰਘ ਵਲਟੋਹਾ ਬਲਵਿੰਦਰ ਸਿੰਘ ਭੂੰਦੜ ਮਹੇਸ਼ੰਦਰ ਸਿੰਘ ਗਰੇਵਾਲ ਸ਼ਰਨਜੀਤ ਸਿੰਘ ਢਿੱਲੋਂ ਹੀਰਾ ਸਿੰਘ ਗਾਬੜੀਆ ਅਰਸ਼ਦੀਪ ਕਲੇਰ ਇਹ ਕੁਝ ਆਗੂ ਵੀ ਦੱਸਿਆ ਜਾ ਰਿਹਾ ਕਿ ਉਸ ਵਕਤ ਸੁਖਬੀਰ ਬਾਦਲ ਦੇ ਨਾਲ ਹੀ ਸੀ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੱਸਿਆ ਕਿ ਇਹਨਾਂ ਨੇ ਆਖਿਆ ਕਿ ਜਥੇਦਾਰ ਕੌਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਉਹ ਕਾਨੂੰਨੀ ਮਦਦ ਸवेत ਹਰ ਕਿਸਮ ਦੀ ਪੂਰੀ ਮਦਦ ਕਰਨਗੇ ਕੌਂਕੇ ਸਾਹਿਬ ਦੇ ਪਰਿਵਾਰ ਦੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਆਨਤ ਸਿੰਘ ਨੇ ਆਪ ਇਸ ਘਟਨਾ ਦਾ ਖੰਡਨ ਕਰਦੇ ਆਂ ਜਾਜ ਨੂੰ ਗਲਤ ਪਾਸੇ ਤੋਰ ਦਿੱਤਾ ਸੀ ਅਤੇ ਇਹਦੇ ਉੱਤੇ ਪਰਦਾ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਹਾਰ ਸੰਭਵ ਮਦਦ ਦੇਣਗੇ ਸੁਖਬੀਰ ਨੇ ਇਹ ਵੀ ਕਿਹਾ ਕਿ ਜਥੇਦਾਰ ਕੌਕੇ ਦੇ ਕਤਲ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਸਤੇ ਅਸੀਂ ਕਾਨੂੰਨੀ ਲੜਨ ਵਾਸਤੇ ਵਕੀਲਾਂ ਦੀ ਟੀਮ ਵੀ ਗਠਿਤ ਕਰ ਦਿੱਤੀ ਹੈ ਅਤੇ ਹੋਰ ਵੀ ਜੇਕਰ ਵਕੀਲਾਂ ਦੀ ਟੀਮ ਦੀ ਲੋੜ ਪਵੇ ਕਿ ਉਹ ਗਠਿਤ ਕਰ ਦਿੱਤੀ ਜਾਵੇਗੀ ਹੁਣ ਗੱਲ ਕਰਦੇ ਹਾਂ ਬੰਦੀ ਛੋੜ ਦਿਵਸ ਦੇ ਉੱਤੇ ਤੁਹਾਨੂੰ ਯਾਦ ਆ ਜਾਣਾ ਜਦੋਂ ਮੈਂ ਆ ਖਬਰ ਦੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ ਕਿ 12 ਨਵੰਬਰ 2023 ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਤਫਸੀਲ ਤੋਂ ਇੱਕ ਨਿਹੰਗ ਸਿੰਘ ਹੱਥ ਵਿੱਚ ਮਾਈਕ ਫੜਦਾ ਜ਼ਬਰੀ ਭਾਸ਼ਣ ਦੇਣ ਲੱਗਦਾ ਉਹਦੇ ਉੱਤੇ ਕਾਰਵਾਈ ਨਹੀਂ ਹੋਈ ਇਸ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ 8 ਹੋਰ ਨਾਂਤੇ ਭਾਰੀ ਜੁਰਮਾਨਾ ਲਾ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਓਐਸਡੀ ਸਤਵੀਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਮਾਮਲਾ ਮਰਿਆਦਾ ਅਤੇ ਪ੍ਰਬੰਧ ਨਾਲ ਜੁੜਿਆ ਹੋਇਆ ਸੀ। ਜਿਸ ਦੀ ਪੜਤਾਲ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ 1 ਲੱਖ ਰੁਪਏ ਅਤੇ ਉੱਥੇ ਡਿਊਟੀ ਤੇ ਮੌਜੂਦ 8 ਹੋਰਨਾਂ ਨੂੰ 25-25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾ ਦਿੱਤਾ ਗਿਆ ਹੈ। ਇਹਦੇ ਤੋਂ ਇਲਾਵਾ ਬਾਹਰ ਮੌਜੂਦ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਤਾਂ ਜੋ ਡਿਊਟੀ ਪੂਰੀ ਤਰ੍ਹਾਂ ਸचेत ਹੋ ਕੇ ਕੀਤੀ ਜਾ ਸਕੇ। ਦਸਣਾ ਬਣਦਾ ਕਿ ਬੰਦੀ ਛੋੜ ਦਿਵਸ ਦੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਰਾਜਪੁਰਾ ਦਾ ਰਹਿਣ ਵਾਲਾ ਇੱਕ ਨਿਹੰਗ ਸਿੰਘ ਜਿਸ ਦਾ ਨਾਮ ਸੁਖਚੈਨ ਸਿੰਘ ਸਾਹਮਣੇ ਆਇਆ ਸੀ। ਸੁਖਚੈਨ ਸਿੰਘ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ। ਮੌਕੇ ਤੇ ਹਾਜ਼ਰ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਤਾਂ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ। ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਸਵਾਗਤ ਚਾਲੇ ਛੱਡ ਕੇ ਉਸ ਵਕਤ ਜਾ ਚੁੱਕੇ ਸੀ। ਜਿਵੇਂ ਹੀ ਸੁਖਚੈਨ ਸਿੰਘ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਿਆਨੀ ਮਲਕੀਤ ਸਿੰਘ ਨੇ ਇੱਕ ਸੇਵਾਦਾਰ ਨੂੰ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਉਹਨਾਂ ਨੇ ਮਾਈਕ ਬੰਦ ਕਰਵਾ ਦਿੱਤੇ ਇਹ ਨਿਹੰਗ ਸਿੰਘ ਲਗਭਗ 10 ਮਿੰਟ ਤੱਕ ਉੱਥੇ ਬੋਲਦਾ ਰਿਹਾ ਤੇ ਫਿਰ ਉੱਥੋਂ ਚਲਾ ਗਿਆ ਇਸ ਨਿਹੰਗ ਸਿੰਘ ਦੇ ਮਾਮਲੇ ਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨਿਹੰਗ ਸਿੰਘ ਦੇ ਖਿਲਾਫ ਕਾਰਵਾਈ ਕਰਨ ਦੇ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਕਾਰਵਾਈ ਕੀਤੀ ਜਾਵੇ ਪਰ ਇਸ ਨਿਹੰਗ ਸਿੰਘ ਤੇ ਕਾਰਵਾਈ ਕਰਨ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਦੇ ਉੱਤੇ ਕਾਰਵਾਈ ਪਾ ਦਿੱਤੀ ਗਈ ਹੈ ਹੁਣ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਵਧੀਕ ਹੈੱਡ ਗਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਕੇ ਉੱਥੇ ਸੇਵਾ ਕਰਨ ਜਾਂ ਭਜ ਜਿਉ ਦੇ ਹੱਥੋਂ ਮਾਈਕ ਫੜਦੇ ਜਾਂ ਇਹ ਉਹਦੀ ਜ਼ਿੰਮੇਵਾਰੀ ਹੈ ਕਿ ਹੈੱਡ ਗਰੰਥੀ ਦੀ ਜ਼ਿੰਮੇਵਾਰੀ ਮਾਈਕ ਫੜਨਾ ਮਾਈਕ ਔਨ ਕਰਨਾ ਮਾਈਕ ਬੰਦ ਕਰਨਾ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਕਰ ਦੇਵੇ ਉਹ ਹੈ ਜਾਂ ਉਹਦੀਆਂ ਜ਼ਿੰਮੇਵਾਰੀਆਂ ਕੁਝ ਹੋਰ ਨੇ ਕੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਸੀ ਜਾਂ ਕਾਰਵਾਈ ਜਿਹੜੇ ਉੱਥੇ ਨੇਜੇ ਫੜ ਕੇ ਸਿੰਘ ਖੜਦਿਆ ਉਹਨਾਂ ਤੇ ਹੋਣੀ ਚਾਹੀਦੀ ਸੀ ਜਾਂ ਫਿਰ ਨਿਹੰਗ ਸਿੰਘ ਜਿਸ ਨੇ ਇਹ ਭਾਸ਼ਣ ਦਿੱਤਾ ਸੀ ਉਹਦੇ ਤੇ ਹੋਣੀ ਚਾਹੀਦੀ ਸੀ ਬਹੁਤ ਵੱਡਾ ਸਵਾਲ ਹੈ ਤੇ ਹੁਣ ਗੱਲ ਕਰਦੇ ਆ ਅਕਾਲੀ ਤੇ बसपा ਦੇ ਗੱਠ ਜੋੜ ਦੀ ਲੱਗਦਾ ਹੈ ਕਿ ਇਹ ਚ ਲਗਾਤਾਰ ਡੇੜਾਂ ਵਧ ਰਹੀਆਂ ਨੇ ਦੂਸਰੇ ਪਾਸੇ ਲੋਕ ਸਭਾ ਦੀਆਂ ਚੋਣਾਂ ਬੜੀਆਂ ਨੇੜੇ ਆ ਰਹੀਆਂ ਨੇ ਜੋੜ ਤੋੜ ਦੀ ਰਾਜਨੀਤੀ ਸਾਰੀਆਂ ਪਾਰਟੀਆਂ ਕਰ ਲੱਗੀਆਂ ਹੋਈਆਂ ਨੇ ਤਾਨੂੰ ਯਾਦ ਹੋਣਾ ਕਿ बसपा ਤੇ ਅਕਾਲੀ ਦਲ ਦਾ ਪੰਜਾਬ ਚ ਗੱਠ ਜੋੜਾ ਹੈ ਪੰਜਾਬ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਈ ਸੀ ਜਲੰਧਰ ਵਾਲੀ ਉਸ ਵਕਤ ਵੀ ਇਹ ਰਾਣੀ ਇਕੱਠਿਆਂ ਚੋਣ ਲੜੀ ਸੀ ਪਰ ਹੁਣ ਪੰਜਾਬ बसपा ਦੇ ਪ੍ਰਧਾਨ ਜਸਵੀਰ ਗੜੀ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਬਿਆਨ ਦਿੰਦਿਆਂ ਹੋਇਆਂ ਉਹਨੇ ਅਕਾਲੀ ਦਲ ਦੇ ਇਸ ਜਿਹੜਾ ਉਹਨਾਂ ਦਾ ਕਾਰਜ ਸ਼ੈਲੀ ਆ ਇਸ ਵਕਤ ਦੀ ਜਾਂ ਇਹ ਗੱਠ ਜੋੜ ਹੈ ਉਹਨੂੰ ਲੈ ਕੇ ਉਹਨੇ ਵੱਡੀ ਨਸੀਹਤ ਕੀਤੀ ਹੈ ਜਸਵੀਰ ਗੜੀ ਨੇ ਇਥੋਂ ਤੱਕ ਆਖ ਦਿੱਤਾ ਹੈ ਕਬੂਤੇ ਘਰਾਂ ਦਾ ਪਰੌਣਾ ਕਈ ਵਾਰੀ ਭੁੱਖਾ ਹੀ ਰਹਿ ਜਾਂਦਾ ਹੈ। ਗੱਠ ਜੋੜ ਤਾਲਮੇਲ ਨਾਲ ਚੱਲਦੇ ਐ ਤਾਂ ਅੱਗੇ ਵਧਦੇ ਐ ਕਿਉਂਕਿ ਅਸਲ ਦੇ ਵਿੱਚ ਬੀਤੇ ਕਈ ਮਹੀਨਿਆਂ ਤੋਂ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਅਕਾਲੀ ਦਲ ਝਾਕ ਚ ਬੈਠਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕਹੇ ਕਿ ਆਜੋ ਆਉਣ ਵੇਲੇ ਸੱਜਣੋ ਗੱਠ ਜੋੜ ਹੋ ਜੇ ਪਰ ਹਾਲੇ ਤੱਕ ਘਾਰ ਹੀ ਪੈ ਰਿਹਾ। ਇਸੇ ਲੈ ਕੇ ਜਸਵੀਰ ਸਿੰਘ ਗੜੀ ਦੇ ਵੱਲੋਂ ਅਕਾਲੀ ਦਲ ਨੂੰ ਇਹ ਚੇਤਾ ਕਰਵਾਇਆ ਗਿਆ ਹੈ ਕਿ ਲੋਕ ਸਭਾ ਦੀਆਂ ਚੋਣਾਂ ਤਾਂ ਬਿਲਕੁਲ ਬਰੂਹਾ ਤੇ ਆ ਗਈਆਂ। ਤੇ ਜੇ ਆਪਾਂ ਕਾਂਗਰਸ ਨੂੰ ਆਪ ਨੂੰ ਹਰਾਉਣਾ ਹੈ ਤਾਂ ਸਾਨੂੰ ਇਕੱਠਿਆਂ ਨੂੰ ਮਿਲ ਕੇ ਬੈਠ ਕੇ ਕੋਈ ਰਣਨੀਤੀ ਤਾਂ ਬਣਾਉਣੀ ਪਊ ਕੋਈ ਉਲੀਕਣਾਤ ਪਾਏਗਾ ਪ੍ਰੋਗਰਾਮ ਜਸਬੀਰ ਗੜੀ ਦੀ ਗੱਲ ਵਿੱਚ ਇਸ ਕਰਕੇ ਵੀ ਦਾਮ ਹੈ ਕਿਉਂਕਿ ਪੰਜਾਬ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਜਦੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਉਹ ਕਹਿੰਦੇ ਸੀ ਕਿ ਭਾਜਪਾ 13 ਦੀਆਂ 13 ਸੀਟਾਂ ਤੇ ਇਕੱਲਿਆਂ ਚੋਂ ਲੜੇਗੀ ਪਰ ਜਦੋਂ ਹੁਣ ਉਹਨਾਂ ਤੋਂ ਇਸ ਮੁਤਲਕ ਪੁੱਛਿਆ ਜਾਂਦਾ ਹੈ ਕਿ ਕੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਏਗਾ ਉਹ ਤੋੜ ਕੇ ਜਵਾਬ ਨਹੀਂ ਦਿੰਦੇ ਉਹ ਕਹਿ ਦਿੰਦੇ ਨੇ ਕਿ ਇਹ ਜਿਹੜਾ ਮਸਲਾ ਹੈ ਜਾਂ ਗੱਠਜੋੜ ਹੈ ਇਹ ਤਾਂ ਜੀ ਦਿੱਲੀੋਂ ਪਤਾ ਲੱਗੂਗਾ ਇਹਦਾ ਮਤਲਬ ਜਵਾਬ ਨਹੀਂ ਦੇ ਰਹੇ ਸ਼ਾਇਦ ਅੰਦਰ ਕੋਈ ਧਰੀ ਦੇ ਦੇਹੀ ਹੈ ਤੇ ਦੂਸਰੇ ਪਾਸੇ ਅਕਾਲੀ ਦਲ ਦੇ ਮੁਖ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਜਸਵੀਰ ਸਿੰਘ ਗੜੀ ਦੇ ਬਿਆਨ ਤੋਂ ਬਾਅਦ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਵਿਚਾਲੇ ਗੱਠਜੋੜ ਦਿੱਲੀ ਤੋਂ ਹੋਇਆ ਪਰ ਇੱਥੇ ਮੈਂ ਯਾਦ ਕਰਵਾ ਦਿਆਂ ਬੀਤੇ ਦਿਨੀ ਵਿਵਾਹ ਹਰ ਸਵਰਤਕ ਕੋਰ ਬਾਦਲ ਦਾ ਬਿਆਨ ਆਇਆ ਸੀ ਕਿ ਅਕਾਲੀ ਦਲ ਉਹ ਕਿਸੇ ਵੀ ਪਾਰਟੀ ਨਾਲ ਗੱਠ ਜੋੜ ਨਹੀਂ ਕਰੇਗਾ ਜਿਹੜੀ ਦਿੱਲੀੋਂ ਚਲਦੀ ਹੈ। ਮੁਲਾਦਾ ਅਰਸ਼ਦੀਪ ਹੋਰਾਂ ਨੇ ਕਲੇਰ ਸਾਹਿਬ ਨੇ ਇਹ ਬਿਆਨ ਉਹਨਾਂ ਦਾ ਸੁਣਿਆ ਨਹੀਂ। ਇਹ ਕਹਿੰਦੇ ਗੱਠ ਜੋੜ ਦਿੱਲੀੋਂ ਹੋਇਆ ਜੀ। ਉਹਨਾਂ ਨੂੰ ਆਪਣੀ ਦਿੱਲੀ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਕਾਲੀ ਦਲ ਵੱਲੋਂ ਫੈਸਲਾ ਲੈਣ ਦਾ ਅਖਤਿਆਰ ਸੁਖਬੀਰ ਸਿੰਘ ਬਾਦਲ ਕੋਲ ਹੈ। ਜਦ ਕਿ ਵਾਸਪਾ ਦੇ ਵੱਲੋਂ ਫੈਸਲਾ ਲੈਣ ਦਾ ਅਧਿਕਾਰ ਮਾਇਆਵਤੀ ਕੋਲ ਹੈ। ਉਹਨਾਂ ਨੇ ਜਸਬੀਰ ਗੜੀ ਦੇ ਪ੍ਰਾਣਾ ਸ਼ਬਦ ਦਾ ਵੀ ਜਵਾਬ ਦਿੱਤਾ ਹੈ ਅਰਸ਼ਦੀਪ ਕਲੀਰ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਜਦੋਂ ਕਿ ਭਾਜਪਾ बसपा ਆਪ ਕਾਂਗਰਸ ਪ੍ਰਾਣੀਆਂ ਤਾਂ ਇਹ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ बसपा ਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਸੀ ਦੋਵਾਂ ਨੇ ਉਹ ਵੀ ਚੋਣਾਂ ਰਲ ਕੇ ਲੜੀਆਂ ਸੀ ਪਰ ਅੱਲੇ-ਪੱਲੇ ਬਹੁਤਾ ਕੁਝ ਨਹੀਂ ਸੀ ਪਿਆ ਅਕਾਲੀ ਦਲ ਅਤੇ बसपा ਦੋਵਾਂ ਦੇ ਤਿੰਨ ਵਿਧਾਇਕ ਜਿੱਤ ਸਕੇ ਸੀ ਇਹਦੇ ਤੋਂ ਬਾਅਦ ਜਲੰਧਰ ਤੇ ਸੰਗਰੂਰ ਦੀ ਜ਼ਿਮਨੀ ਚੌੜ ਵੀ ਇਕੱਠਿਆਂ ਲੜੀ ਸੀ ਬੁਰੀ ਤਰ੍ਹਾਂ ਹਾਰ ਗਏ ਸਨ ਤੇ ਹੁਣ ਗੱਲ ਕਰਦੇ ਆ ਰਵਨੀਤ ਬਿੱਟੂ ਬੋਲੇ ਆ ਸੁਖਵੀਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮਾਣ ਹਾਨੀ ਦਾ ਮੁਕੱਦਮਾ ਦਰਜ ਕੀਤਾ ਸੁਖਵੀਰ ਸਿੰਘ ਬਾਦਲ ਹੋਰਾ ਨੇ ਤੇ ਇਸੇ ਮਾਮਲੇ ਦੇ ਵਿੱਚ ਹੁਣ ਖਰੀਆਂ ਖਰੀਆਂ ਸੁਣਾ ਗਏ ਨੇ ਰਵਨੀਤ ਬਿੱਟੂ ਜੰਮ ਕੇ ਪੜਾਅਸ ਕੱਢੀਆ ਉਹਨਾਂ ਨੇ ਸੁਖਵੀਰ ਬਾਦਲ ਹੋਰਾਂ ਦੇ ਖਿਲਾਫ ਇਸ ਮਾਮਲੇ 'ਚ ਸੁਖਵੀਰ ਬਾਦਲ ਹੋਰਾਂ ਦਾ ਦੋਸ਼ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਵੱਲੋਂ ਲੁਧਿਆਣਾ ਦੇ ਵਿੱਚ ਜਿਹੜੀ ਡਿਬੇਟ ਰੱਖੀ ਗਈ ਸੀ ਜਿਸ ਤੇ ਵਿੱਚ ਕੋਈ ਵੀ ਲੀਡਰ ਨਹੀਂ ਸੀ ਪਹੁੰਚਿਆ ਉਸ ਡਿਬੇਟ ਦੇ ਦੌਰਾਨ ਬੇਅਦਬੀ ਦੇ ਮੁੱਦੇ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਗਲਤ ਦੋਸ਼ ਲਾਏ ਗਏ ਆ ਜਿਸ ਵੱਲ ਦੀ ਮੁਆਫੀ ਮੰਗਣ ਲਈ ਭੇਜਿਆ ਗਿਆ ਲੀਗਲ ਨੋਟਸ ਮੁੱਖ ਮੰਤਰੀ ਮਾਨ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ ਤੇ ਫਿਰ ਬਾਲਾਸਰ ਫਾਰਮ ਦਾ ਫਿਰ ਬੱਸਾਂ ਦਾ ਜ਼ਿਕਰ ਕੀਤਾ ਗਿਆ ਕਿ ਇਹ ਝੂਠੇ ਤੇ ਬੇਬੁਨਿਆਦ ਦੋਸ਼ ਨੇ ਤੇ ਜਦੋਂ ਜਵਾਬ ਨਹੀਂ ਆਇਆ ਤਾਂ ਸੁਖਵੀਰ ਬਾਦਲ ਹੋਰਾਂ ਨੇ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਗੱਲ ਆਖੀ ਸੀ ਤੇ ਹੁਣ ਮੁਕੱਦਮਾ ਕਰ ਦਿੱਤਾ ਇਸ ਚੇਤਾਵਨੀ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਵੀ ਸੁਖਵੀਰ ਬਾਦਲ ਤੇ ਖਿਲਾਫ ਜੰਮ ਕੇ ਪੜਾਅ ਕੱਢੀ ਸੀ ਕਿ ਮੇਰੇ ਕੋਲੇ ਤੁਹਾਡੇ بڑے ਪਲੰਦੇ ਪਏ ਆ ਬੇਨਾਮੀ ਜਾਇਦਾਦਾਂ ਦੇ ਮੈਂ ਤਾਂ ਮਾਨ ਜੋਗ ਅਦਾਲਤ ਨੂੰ ਕਹੂੰਗਾ ਕਿ ਮੈਨੂੰ ਹਰ ਹਫ਼ਤੇ ਸਦੋ ਮੈਂ ਦੱਸੂੰ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਨੇ ਤੁਹਾਨੂੰ ਲੁੱਟਿਆ ਕਿਵੇਂ ਆ ਤੇ ਹੁਣ ਕਾਂਗਰਸ ਸੀ ਸੰਸਦ ਰਵਨੀਤ ਬਿੱਟੂ ਵੀ ਲੱਗਦਾ ਕਿ ਮਾਣ ਦੇ ਹੱਕ 'ਚ ਇਹ ਸਮੱਸਿਆ ਤੇ ਆ ਗਿਆ ਹੈ। ਬਿੱਟੂ ਕਹਿੰਦੇ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ। ਇਹਦੇ ਲਈ ਸੁਖਵੀਰ ਕਿੰਨੇ ਕ ਪੰਜਾਬੀਆਂ ਤੇ ਮਾਣ ਹਾਨੀ ਦੇ ਕੇਸ ਦਰਜ ਕਰਨਗੇ। ਬਿੱਟੂ ਨੇ ਇਥੋਂ ਤੱਕ ਆਖਿਆ ਕਿ ਬਾਦਲਾਂ ਦੇ ਕਰੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਸੰਦੇ ਪੋਸਟਰ ਵੀ ਲਾਈ ਸੀ। ਪਰ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਬੇਅਦਬੀ ਦਾ ਵਿਰੋਧ ਕਰਦੇ ਹੋਏ ਮਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਨਿਹੱਥੇ ਲੋਕਾਂ ਤੇ ਅਕਾਲੀ ਸਰਕਾਰ ਵਕਤ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਸੁਖਵੀਰ ਆਪਣੀ ਸਿਆਸੀ ਜ਼ਮੀਨ ਹੁਣ ਗਵਾ ਚੁੱਕਿਆ ਹੈ ਅਤੇ ਲੋਕਾਂ 'ਚ ਜਾਣ ਲਈ ਆਈਦਰ ਕੋਈ ਨਵਾਂ ਹੱਥ ਕੰਡਾ ਵਰਤ ਰਿਹਾ ਪਰ ਲੋਕ ਤਾਂ ਵੀ ਇਹਨਾਂ ਨੂੰ ਇਸ ਵਕਤ ਮੂੰਹ ਲਾ ਨਹੀਂ ਰਹੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਾਹਮਣੇ ਇੱਕ ਮੰਗ ਰੱਖੀ ਗਈ ਹੈ ਪੰਜਾਬ ਸਰਕਾਰ ਨੇ ਸੌਣੀ ਦੀਆਂ ਫਸਲਾਂ ਵਾਸਤੇ ਐਮਐਸਪੀ ਭਾਵ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਨ ਦੇ ਵਾਸਤੇ ਆਪਣੀ ਤਜ਼ਵੀਜ਼ ਕੇਂਦਰ ਸਰਕਾਰ ਨੂੰ ਭੇਜੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਟ ਤਜ਼ਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਕੇਂਦਰ ਸਰਕਾਰ ਤੋਂ ਇਸ ਤਜ਼ਵੀਜ਼ ਤਹਿਤ ਮੰਗ ਕੀਤੀ ਗਈ ਹੈ ਕਿ ਸਾਲ 2024 ਤੇ 2025 ਲਈ ਝੋਨੇ ਦੀ ਫਸਲ ਦਾ ਸਰਕਾਰੀ ਪਾ 3284 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ A ਝੋਨੇ ਦਾ ਸਰਕਾਰੀ ਪਾ 3324 ਰੁਪਏ ਪ੍ਰਤੀ ਕੁਇੰਟਲ ਤੱਕ ਕਰ ਦਿੱਤਾ ਜਾਵੇ। ਸਰਕਾਰ ਨੇ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 10767 ਰੁਪਏ, ਮੂੰਗੀ ਦਾ 11555 ਰੁਪਏ, ਮਾਹਾਂ ਦਾ 9385 ਰੁਪਏ ਪ੍ਰਤੀ ਕੁਇੰਟਲ ਕਰਦੀ ਤਸਵੀਜ਼ ਭੇਜੀ ਹੈ। ਪੰਜਾਬ ਸਰਕਾਰ ਨੇ ਮੂੰਗਫਲੀ ਦਾ ਮੁੱਲ 8610 ਰੁਪਏ ਅਰਹਰਦਾ 9450 ਰੁਪਏ ਪ੍ਰਤੀ ਕੁਇੰਟਲ ਮਿਥਨ ਦੀ ਤਸਵੀਜ਼ ਭੇਜੀ ਹੈ ਪੰਜਾਬ ਸਰਕਾਰ ਨੇ ਦਾਲਾਂ ਤੇਲ ਬੀਜ ਇਹ ਫਸਲਾਂ ਅਧੀਨ ਅਕਰਬਾ ਵਧਾਉਣ ਦੀ ਨੀਅਤ ਨਾਲ ਇਹਨਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ 35 ਤੋਂ 40 ਫੀਸਦੀ ਵਾਧੇ ਦੀ ਮੰਗ ਭੇਜੀ ਅਤੇ ਤਸਵੀਜ਼ ਪੇਸ਼ ਕਰ ਦਿੱਤੀ ਹੈ ਪੰਜਾਬ ਸਰਕਾਰ ਨੇ ਐਤਕੀ ਪਰਾਲੀ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਦੇ ਨਾਲ ਇਸ ਨੂੰ ਝੋਨੇ ਦੇ ਘਟੋ ਘੱਟ ਸਮਰਥਨ ਮੁੱਲ ਵਿੱਚ ਸ਼ਾਮਲ ਕੀਤਾ ਹੈ ਇਹਦੇ ਤੋਂ ਇਲਾਵਾ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾੜੀ ਸੌਣੀ ਉਸ ਸੀਜ਼ਨ ਦੀ ਅਗੇਤੀ ਤਜ਼ਵੀਜ਼ ਭੇਜੀ ਜਾਂਦੀ ਹੈ ਤਾਂ ਜੋ ਸਰਕਾਰ ਸੁਬਾਈ ਲਾਗਤ ਖਰਚਿਆਂ ਦੇ ਆਧਾਰ ਤੇ ਉਹਦਾ ਸਰਕਾਰੀ ਭਾਅ ਤੈਅ ਕਰ ਸਕੇ ਹੁਣ ਵੇਖਣਾ ਹੋਏਗਾ ਕਿ ਕੇਂਦਰ ਸਰਕਾਰ ਇਸ ਤਜ਼ਵੀਜ਼ ਨੂੰ ਮੰਨਦੀ ਹੈ ਜਾਂ ਨਹੀਂ ਤੇ ਹੁਣ ਚੰਡੀਗੜ੍ਹ ਦੀ ਸਿਆਸਤ ਦੇ ਉੱਤੇ ਨਜ਼ਰ ਮਾਰਦੇ ਹਾਂ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਉਮੀਦ ਹੈ ਕਿ ਪੰਜਾਬ ਦੇ ਵਿੱਚ ਆਪ ਅਤੇ ਕਾਂਗਰਸ ਦੇ ਵਿਚਾਲੇ ਜਿਹੜਾ ਗੱਠ ਜੋੜ ਹੈ ਉਹਦਾ ਟ੍ਰੇਲਰ ਸਾਫਤ ਹੋ ਸਕਦੀ ਹੈ ਚਰਚਾ ਦਾ ਵਿਸ਼ਾ ਇਹ ਹੈ ਕਿ 18 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਚੋਣ ਨੂੰ ਲੈ ਕੇ ਕਈ ਫਾਰਮੂਲੇ ਸਾਹਮਣੇ ਆ ਰਹੇ ਐ ਇੱਕ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਜੇਕਰ ਹੱਥ ਮਿਲਾ ਲੈਂਦੇ ਐ ਜੇਕਰ ਹੱਥ ਮਿਲਾ ਲਿਆ ਤਾਂ ਨਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦਾ ਉਹ ਕਬਜ਼ਾ ਖਤਮ ਕਰ ਸਕਦੇ ਐ ਆਮ ਆਦਮੀ ਪਾਰਟੀ ਨੂੰ ਮੇਅਰ ਅਤੇ ਕਾਂਗਰਸ ਦੇ ਖਾਤੇ ਵਿੱਚ ਡਿਪਟੀ ਮੇਅਰ ਦੀ ਕੁਰਸੀ ਜਾ ਸਕਦੀ ਹੈ ਜੇ ਸਮਝੌਤਾ ਕਰਨਗੇ ਤਾਂ ਆਪ ਦੇ ਇਸ ਵਕਤ 12 ਅਤੇ ਕਾਂਗਰਸ ਦੇ 6 ਕਾਉਂਸਲਰ ਨੇ ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ ਬਣ ਜਾਂਦੀ ਹੈ 18 ਜਦਕਿ 2022 ਦੀਆਂ ਨਗਰ ਨਿਗਮ ਜੜੀਆਂ ਚੋਣਾਂ ਹੋਈਆਂ ਸੀ ਉਹ ਚ ਭਾਜਪਾ ਦੇ 13 ਕਾਉਂਸਲਰ ਜਿੱਤੇ ਸੀ ਪਰ 2 ਸਾਲਾਂ ਦੇ ਵਿੱਚ ਦੋ ਕਾਉਂਸਲਰ ਨੇ ਪਾਲਾ ਬਦਲ ਲਿਆ ਸੀ ਜਿਸ ਤੋਂ ਬਾਅਦ ਹੁਣ ਗਿਣਤੀ ਉਹਨਾਂ ਦੀ ਵੱਧ ਕੇ 15 ਹੋ ਗਈ ਹੈ ਤੇ ਭਾਜਪਾ ਦੀ ਐਮਪੀ ਆ ਉਥੋਂ ਕਿਰਨ ਖੇਰ ਉਹਨਾਂ ਕੋਲ ਵੀ VOTING ਦਾ ਅਧਿਕਾਰ ਹੈ ਜੇਕਰ ਉਹਨਾਂ ਦੀ ਵੋਟ ਨੂੰ ਵੀ ਜੋੜ ਰਿਆ ਜਾਵੇ ਤਾਂ ਕੁੱਲ ਗਿਣਤੀ VOTESਾਂ ਦੀ 16 ਬਣ ਜਾਂਦੀ ਹੈ ਹਾਲਾਂਕਿ ਭਾਜਪਾ ਹੁਣ ਵੀ ਦਾਅਵਾ ਕਰ ਰਹੀ ਹੈ ਕਿ ਇਸ ਵਾਰ ਵੀ ਮਿਆਰਾ ਚੰਡੀਗੜ੍ਹ 'ਚ ਉਹਨਾਂ ਦਾ ਬਣੇਗਾ ਦੂਸਰੇ ਪਾਸੇ ਚਰਚਾ ਇਹ ਵੀ ਹੈ ਕਿ ਭਾਜਪਾ ਦਾ ਇੱਕ ਕਾਉਂਸਲਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹੈ ਉਹਦਾ ਫੋਨ ਬੰਦ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸੇ ਕਰਕੇ ਉਹਦਾ ਫੋਨ ਬੰਦ ਹੈ ਅਜੇ ਵਿੱਚ ਇਹ ਸਵਾਰ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਕਾਫੀ ਦਿਲਚਸਪ ਹੋ ਸਕਦੀ ਹੈ ਤੇ ਉਧਰ 2 ਦਿਨ ਪਹਿਲਾਂ ਆਪ ਦੇ ਕਾਉਂਸਲਰ ਲਖਵੀਰ ਸਿੰਘ ਬਿੱਲੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪ ਨੂੰ ਵੀ ਹੋਰ ਕਾਉਂਸਲਰਾਂ ਦੇ ਪਾਰਟੀ ਬਦਲਣ ਦਾ ਡਰ ਹੈ ਇਸ ਕਰਕੇ 12 ਕਾਉਂਸਲਰਾਂ ਨੂੰ ਉਹਨਾਂ ਦੇ ਰੋਪੜ ਦੇ ਇੱਕ ਰਿਜ਼ੋਰਟ ਵਿੱਚ ਭੇਜ ਦਿੱਤਾ ਤੇ ਇਸ ਵਾਰ ਵਿਹਾਰ ਰਿਜ਼ਰਵ ਕੈਟਾਗਰੀ ਦਾ ਹੋਏਗਾ ਭਾਜਪਾ ਕੋਲ ਪਹਿਲਾਂ ਮਨੋਜ ਸੋਨਕਰ ਸੀ ਪਰ ਹੁਣ ਰਿਜ਼ਰਵ ਕੈਟਾਗਰੀ ਤੋਂ ਬਿੱਲੂ ਵੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਨਸੂਚਿਤ ਜਾਤੀ ਦੇ ਕੁਲਦੀਪ ਟੀਟਾ, ਨੀਹਾ ਅਤੇ ਪੂਨਮ ਤਿੰਨ ਕਾਉਂਸਲਰ ਨੇ। ਕਾਂਗਰਸ ਦੇ ਉੱਤੇ ਜੇਕਰ ਨਜ਼ਰ ਮਾਰੀ ਤਾਂ ਜਸਵੀਰ ਸਿੰਘ ਬੰਟੀ ਅਤੇ ਨਿਰਮਲਾ ਦੇਵੀ ਰਿਜ਼ਰਵ ਕੈਟਾਗਰੀ ਦੇ ਉਮੀਦਵਾਰ ਨੇ। ਹੁਣ ਦੇਖਣਾ ਹੋਏਗਾ ਕਿ ਜੇਕਰ ਉਹ ਕਹਿੰਦੇ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ ਕਿ ਕੀ ਕਾਂਗਰਸ ਅਤੇ ਆਪ ਚੰਡੀਗੜ੍ਹ ਵਿੱਚ ਭਾਜਪਾ ਨੂੰ ਲਾਂਭੇ ਕਰਨ ਵਾਸਤੇ ਇਕੱਠੇ ਹੁੰਦੇ ਆ ਜਾਂ ਨਹੀਂ। ਤੇ ਹੁਣ ਗੱਲ ਕਰਦਿਆਂ ਸਰਪੰਚਾਂ ਤੋਂ ਰਿਸ਼ਵਤ ਲੈਣ ਦੀ ਅੰਦਾਜ਼ਾ ਲਾਇਓ ਖਬਰ ਬਹੁਤ ਇਸ਼ਾਰੇ ਕਰੂ ਕਿ ਕਿ ਅਸੀਂ ਨਹੀਂ ਤੜਨਾ ਅਸੀਂ ਨਹੀਂ ਬਦਲਣਾ ਜਾਣਕਾਰੀ ਮਿਲੀ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਚ ਤੈ ਰਾਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭਾ ਬੀ ਡੀ ਪੀਓ ਜਿਸ ਦਾ ਨਾਮ ਸਰਬਜੀਤ ਸਿੰਘ ਹੈ ਬੀ ਡੀ ਪੀਓ ਸਰਬਜੀਤ ਸਿੰਘ ਨੂੰ ਇਲਾਕੇ ਦੇ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਦੱਸਿਆ ਹੈ के ਮੁਲਜ਼ਮ ਬੀਡੀਪੀਓ ਨੂੰ ਜਾਂਚ ਉਪਰੰਤ ਰਿਸ਼ਵਤਾਂ ਲੈਣ ਦਾ ਦੋਸ਼ੀ ਪਾਇਆ ਗਿਆ ਫਿਰ ਉਹਦੀ ਗ੍ਰਿਫਤਾਰੀ ਕੀਤੀ ਗਈ ਇਹ ਵੀ ਦੱਸਿਆ ਗਿਆ ਕਿ ਬਲਾਕ ਮਮਦੋੜ ਤੇ ਪਿੰਡ ਕੋਠੇ ਕਿਲੀਵਾਲ ਦੇ ਸਰਪੰਚ ਪਿੱਪਲ ਸਿੰਘ ਪਿੰਡ ਮੁਹੰਮਦ ਖਾਨ ਨਿਆਜ਼ੀਆਂ ਦੇ ਸਰਪੰਚ ਪ੍ਰਗਟ ਸਿੰਘ ਪਿੰਡ ਗੱਤੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ ਗੱਟੀ ਮਸਤਾ ਨੰਬਰ 1 ਪਿੰਡ ਦੇ ਸਰਪੰਚ ਸਰਬਜੀਤ ਸਿੰਘ ਅਤੇ ਪਿੰਡ ਕੋਟ ਵਿਸ਼ਨ ਸਿੰਘ ਮਾਨਾ ਵਾਲਾ ਦੇ ਸਰਪੰਚ ਪਰਮਜੀਤ ਸਿੰਘ ਇਹਨਾਂ ਨੇ ਤਫਤੀਸ਼ੀ ਅਫਸਰ ਦੇ ਅੱਗੇ ਬਿਆਨ ਦਿੱਤੇ ਹੈ ਕਿ ਇਹ ਜਿਹੜਾ ਬੀਡੀਪੀ ਉਹ ਹੈ ਇਹ ਬਲਾਕ ਦੀਆਂ ਪੰਚਾਇਤਾਂ ਦੇ ਕੰਮ ਕਰਵਾਉਣ ਤੋਂ ਪਹਿਲਾਂ ਵੀ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਰਿਸ਼ਵਤ ਲੈਂਦਾ ਸੀ ਉਹਨਾਂ ਇਹ ਵੀ ਦੋਸ਼ ਲਾਇਆ ਹੈ ਕਿ ਜੇਕਰ ਇਹਨੂੰ ਰਿਸ਼ਵਤ ਨਹੀਂ ਦਿੱਤੀ ਜਾਂਦੀ ਫਿਰ ਉਹ ਕੀ ਕਰਦਾ ਉਹ ਪਿੰਡਾਂ ਦੇ ਕੰਮਾਂ ਸਬੰਧੀ ਮਨਜ਼ੂਰੀਆਂ ਦੇਣ ਦੇ ਵਿੱਚ ਦੇਰੀ ਕਰਦਾ ਸੀ ਇਸ ਕਰਕੇ ਬਹੁਤ ਸਾਰੇ ਸਰਪੰਚ ਰਿਸ਼ਵਤ ਦੇ ਦੇ ਦਿੰਦੇ ਸੀ ਪੜਤਾਲ ਦੌਰਾਨ ਰਿਕਾਰਡ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਸਤੀ ਦੂਲਾ ਸਿੰਘ ਵਾਲਾ ਦੇ ਜ਼ੀਰੋ ਲਾਈਨ ਤੇ ਕੀਤੇ ਕੰਮਾਂ ਦੀ ਅਦਾਇਗੀ ਕਰਨ ਦੇ ਬਦਲੇ ਸਰਪੰਚ ਜਸਪੰਦ ਸਿੰਘ ਨੇ ਇਸ ਬੀਡੀਪੀਓ ਸਰਬਜੀਤ ਸਿੰਘ ਦੇ ਮੋਬਾਈਲ ਤੇ ਆਪਣੇ ICICI ਬੈਂਕ ਦੇ ਖਾਤੇ ਦੇ ਰਾਹੀਂ Google Pay ਦੀ ਵਰਤੋਂ ਕਰਦਿਆਂ ਦੋ ਵਾਰ ਇੱਕ ਵਾਰ 30000 ਰੁਪਏ ਅਤੇ ਇੱਕ ਵਾਰ 5000 ਰੁਪਏ ਰਿਸ਼ਵਤ ਵਜੋਂ ਟਰਾਂਸਫਰ ਕੀਤੇ ਤੇ ਇਹ ਸਰਪੰਚ ਨੇ ਇਹ ਵੀ ਦੋਸ਼ ਲਾਇਆ ਕਿ ਉਹਨੇ ਹਾਲ ਹੀ ਦੇ ਵਿੱਚ ਪਿੰਡ ਤੇ ਵਿਕਾਸ ਕਾਰਜ ਮੁਕੰਮਲ ਕਰਨ ਦੇ ਬਦਲੇ ਬੀਡੀ ਪੀਓ ਦੇ ਉਸੇ ਖਾਤੇ ਵਿੱਚ 10000 ਰੁਪਏ ਹੋਰ ਵੀ ਤਬਦੀਲ ਕੀਤੇ ਹੈ ਜਦੋਂ ਆ ਕਈ ਪਿੰਡਾਂ ਦੇ ਸਰਪੰਚਾਂ ਨੇ ਦੋਸ਼ ਲਾਇਆ ਤੇ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਦਿਵਿਆ ਪਾਹੂਜਾ ਕਤਲ ਕਾਂਡ ਦੀ ਜਾਣਕਾਰੀ ਮਿਲ ਰਹੀ ਹੈ ਕਿ ਦੋਸ਼ੀ ਬਲਰਾਜ ਗਿੱਲ ਨੇ ਇਸ ਕਤਲकांड ਦੇ ਵਿੱਚ ਇੱਕ ਵੱਡਾ ਕਬੂਲਨਾਮਾ ਕੀਤਾ ਹੈ। ਉਹਨੇ ਤੇ ਰਵੀ ਬੰਗਾ ਨੇ ਦਿਵਿਆ ਦੀ Laash ਨੂੰ ਪਟਿਆਲਾ ਦੀ ਨਹਿਰ ਵਿੱਚ ਸੁੱਟਿਆ। ਦੋਸ਼ੀ ਬਲਰਾਜ ਗਿੱਲ ਨੂੰ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਕਰਾਈ ਬ੍ਰਾਂਚ ਨੇ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਸੀ। ਉਹਨੇ ਦੱਸਿਆ ਕਿ Laash ਨੂੰ ਕਤਲ ਕਰਨ ਵਾਲੇ ਦਿਨ 3 ਜਨਵਰੀ ਨੂੰ ਹੀ ਅਸੀਂ ਨਹਿਰ ਵਿੱਚ ਸੁੱਟ ਦਿੱਤਾ ਸੀ। ਦੱਸਣਾ ਬਣਦਾ ਹੈ ਕਿ ਬਲਰਾਜ ਗਿੱਲ ਦਿਵਿਆ ਦੀ লাশ ਨੂੰ ਟਿਕਾਣੇ ਲਾਉਣ ਵਾਲੇ ਮੁਲਜ਼ਮਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਗੁਰੂਗ੍ਰਾਮ ਕਰਾਈ ਬ੍ਰਾਂਚ ਨੇ ਬੀਤੇ ਦਿਨੀ ਗ੍ਰਿਫਤਾਰ ਕੀਤਾ ਸੀ ਪੱਛਮੀ ਬੰਗਾਲ ਦੇ ਹਵਾਈ ਅੱਡੇ ਤੋਂ ਦੋਸ਼ੀ ਦੇ ਕਬੂਲ ਨਾਮੇ ਤੋਂ ਬਾਅਦ ਪੁਲਿਸ ਨੇ ਪਟਿਆਲਾ ਨਹਿਰ ਦੇ ਵਿੱਚ ਤਲਾਸ਼ੀ ਮਹਿੰਮ ਤੇਜ਼ ਕਰ ਦਿੱਤੀ ਹੈ ਅਤੇ ਉਮੀਦ ਹੈ ਕਿ ਪੁਲਿਸ ਨੂੰ ਦਿਵਿਆ ਦੀ লাশ ਛੇਤੀ ਮਿਲ ਸਕਦੀ ਹੈ ਦੱਸਣਾ ਬਣਦਾ ਹੈ ਕਿ ਬਲਰਾਜ ਗਿੱਲ ਦਿਵਿਆ ਕਤਲ ਦੇ ਮੁੱਖ ਮੁਲਜ਼ਮ ਅਵਿਜੀਤ ਦਾ ਨਜ਼ਦੀਕੀ ਸਹੋਗੀ ਹੈ ਜਿਸ ਨੇ ਰਵੀ ਬੰਗਾ ਦੇ ਨਾਲ BMW ਕਾਰ ਦੇ ਵਿੱਚ ਦਿਵਿਆ ਦੇ ਕਤਲ ਤੋਂ ਬਾਅਦ লাশ ਨੂੰ ਡਿੱਗੀ ਵਿੱਚ ਰੱਖਿਆ ਅਤੇ ਟਿਕਾਣੇ ਲਾ ਦਿੱਤਾ ਅਤੇ 10 ਦਿਨਾਂ ਤੋਂ ਉਹ ਫਰਾਰ ਚੱਲਿਆ ਜਾ ਰਿਹਾ ਸੀ ਹੁਣ ਤੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ লাশ ਤੇ ਨਿਪਟਾਰੇ ਲਈ 10 ਲੱਖ ਰੁਪਏ ਦਿੱਤੇ ਗਏ ਸੀ ਦੱਸਣਾ ਬਣਦਾ ਹੈ ਕਿ 2 ਜਨਵਰੀ ਦੀ ਢੇਰ ਸ਼ਾਮ ਹੋਟਲ ਦਾ ਸਿਟੀ ਪੁਆਇੰਟ ਉਹਦੇ ਕਮਰਾ ਨੰਬਰ 111 ਦੇ ਵਿੱਚ ਮਾਡਲ ਦਿਵਿਆ ਪਹੂਜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਸਨਸਨੀ ਖੇਜ ਕਾਂਡ ਦੇ ਵਿੱਚ ਕ੍ਰਾਈ ਬ੍ਰਾਂਚ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਕਤਲ ਕਾਂਡ ਦੀ ਲਾਸ਼ ਚੁੱਕੀ ਜਾਂਦਿਆਂ ਦੀ ਹੋਟਲ ਦੀ ਸੀਸੀਟੀਵੀ ਵੀ ਹੱਥ ਲੱਗ ਗਈ ਸੀ ਤੇ ਜਿਹੜੇ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਉਹਨਾਂ ਵਿੱਚ ਕਾਤਲ ਅਭਜੀਤ, ਹੇਮਰਾਜ, ਓਮਪ੍ਰਕਾਸ਼, ਮੇਗਾ ਅਤੇ ਬਲਰਾਜ ਗੱਲ ਹੈ ਜਦਕਿ ਬਲਰਾਜ ਗੱਲ ਨਾਲ ਫਰਾਰ ਹੋਇਆ ਰਵੀ ਬੰਗਾ ਉਹਦੀ ਹਾਲੇ ਤੱਕ ਗ੍ਰਿਫਤਾਰੀ ਹੋ ਨਹੀਂ ਸਕੀ। ਦੋਸਤੋ ਐਸੀ ਕੁਲਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ